ਕਾਰੋਬਾਰ ਚ ਪਏ ਘਾਟੇ ਤੋਂ ਪਰੇਸ਼ਾਨ ਇੱਕ ਆੜਤੀਏ ਦੇ ਵੱਲੋਂ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ, ਜਿਸ ਤੋਂ ਬਾਅਦ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਜਿਸ ਦੌਰਾਨ ਪੁਲਿਸ ਦੀ ਟੀਮ ਇੱਥੇ ਪਹੁੰਚੀ, ਲਾਸ਼ ਨੂੰ ਕਬਜ਼ੇ ਚ ਲਿਆ ਗਿਆ ਤਾਂ ਉਸੇ ਦੌਰਾਨ ਹੀ ਦੂਰ ਪਿਆ ਇਸ ਆੜਤੀਏ ਦਾ ਮੋਬਾਈਲ ਵੱਜ ਰਿਹਾ ਸੀ, ਯਾਨੀ ਉਸ ਤੇ ਕਾਲ ਆ ਰਹੀ ਸੀ ਤੇ ਜਦੋਂ ਪੁਲਿਸ ਨੇ ਕਾਲ ਅਟੈਂਡ ਕੀਤੀ ਤਾਂ ਫਿਰ ਪਛਾਣ ਹੋਈ ਕਿ ਇਹ ਮ੍ਰਿਤਕ ਗੁਰਲਾਲ ਸਿੰਘ ਹੈ, ਜਿਸ ਦੀ ਉਮਰ 59 ਸਾਲ ਹੈ ਅਤੇ ਖੰਨਾ ਦਾ ਰਹਿਣ ਵਾਲਾ ਹੈ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੀ ਅਨਾਜ ਮੰਡੀ ਦੇ ਵਿੱਚ ਇਹ ਆੜਤੀ ਸੀ, ਜੋ ਆਪਣੇ ਕਾਰੋਬਾਰ ਦੇ ਵਿੱਚ ਪਏ ਘਾਟੇ ਤੋਂ ਪਰੇਸ਼ਾਨ ਸੀ ਅਤੇ ਇਸੇ ਦੇ ਚੱਲਦੇ ਉਸਨੇ ਇੱਕ ਖੌਫਨਾਕ ਕਦਮ ਚੁੱਕਿਆ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਿਕ ਮੈਂਬਰਾਂ ਦੇ ਜੋ ਬਿਆਨ ਨੇ ਉਸਦੇ ਮੁਤਾਬਿਕ ਇਹ ਖੁਦਕੁਸ਼ੀ ਹੀ ਹੈ। ਹਾਲਾਂਕਿ ਕੋਈ ਵੀ ਸੁਸਾਈਡ ਨੋਟ ਨੇੜਿਓਂ ਬਰਾਮਦ ਨਹੀਂ ਹੋਇਆ, ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਆਪਣੇ ਕਾਰੋਬਾਰ 'ਚ ਪਏ ਘਾਟੇ ਤੋਂ ਪਰੇਸ਼ਾਨ ਸੀ, ਜਿਸ ਕਰਕੇ ਉਸਨੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਫਿਲਹਾਲ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਸਰ ਮੈਨੂੰ ਸਵੇਰੇ 8:30 ਵਜੇ ਇੱਥੇ ਚੌਂਕੀ ਸੂਚਨਾ ਮਿਲੀ ਸੀਗੀ। ਸਾਨੂੰ ਕਾਰਵਾਈ ਲਈ ਮਹਿਕਮਾ ਰੇਲਵੇ ਵੱਲੋਂ ਇੱਕ ਮੀਮੋ ਜਾਰੀ ਕੀਤੀ ਜਾਂਦੀ ਹੈ, ਉਹਦੇ ਆਧਾਰ 'ਤੇ ਜੀ ਰੇਲਵੇ ਦੇ ਕਿਲੋਮੀਟਰ ਨੰਬਰ 336/8/6 ਨੇੜੇ ਪਿੰਡ ਕੌੜੀ ਬਿਟਵੀਨ ਰੇਲਵੇ ਸਟੇਸ਼ਨ ਖੰਨਾ ਚਾਵਾ ਪੈਲ ਇੱਕ ਵਿਅਕਤੀ ਦੀ ਡੈੱਡ ਬੋਡੀ ਮਿਲਣ ਦੀ ਸੂਚਨਾ ਮਿਲੀ ਸੀਗੀ ਜੀ, ਜਿਹੜਾ ਮੈਂ ਤੁਰੰਤ ਸਮੇਤ ਸਾਥੀ ਕਰਮਚਾਰੀ ਆਪਣੇ ਮੌਕੇ 'ਤੇ ਪਹੁੰਚਿਆ ਜੀ ਕਾਰਵਾਈ ਹਿੱਤ। ਉੱਥੇ ਮੈਂ ਜਾ ਕੇ ਮੁਲਾਜ਼ਾ ਮੌਕਾ 'ਤੇ ਮੁਲਾਜ਼ਾ ਲਾਸ਼ ਕਰਨ ਤੋਂ ਪਾਇਆ ਜੀ, ਇੱਕ ਵਿਅਕਤੀ ਦੀ ਲਾਸ਼ ਹੈ ਜਿਹੜੀ ਮਰਦ ਦੀ ਡਾਊਨ ਲਾਈਨ ਦੇ ਵਿੱਚ ਪਈ ਹੋਈ ਸੀ ਅਤੇ ਉਹਦੇ ਕੋਲੋਂ ਇੱਕ ਮੋਬਾਈਲ ਥੋੜ੍ਹਾ ਜਿਹਾ ਦੂਰ ਪਿਆ ਸੀਗਾ ਚੱਲਦੀ ਹਾਲਤ ਦੇ ਵਿੱਚ। ਉਹਦੇ 'ਤੇ ਕਾਲ ਆਉਣ 'ਤੇ ਵਿਭਾਗ ਸਾਨੂੰ ਸੂਚਨਾ ਦਿੱਤੀ, ਮੇਰੀ ਉੱਥੇ ਅਧੂਰੀ ਸ਼ਨਾਖਤ ਬਣ ਗਈ ਸੀ ਅਤੇ ਉਹਦੇ ਉਪਰੰਤ ਮੁੱਢਲੀ ਕਾਰਵਾਈ ਮੈਂ ਆਰੰਭ ਕੀਤੀ। ਮੇਰੇ ਮੁੱਖ ਅਫਸਰ ਥਾਣਾ ਸ਼੍ਰੀ ਰਤਨ ਲਾਲ ਜੀ ਉਹ ਵੀ ਮੌਕੇ 'ਤੇ ਆ ਗਏ ਸੀਗੇ ਜੀ, ਬਰਾਏ ਤਸਦੀਕ ਉਹਨਾਂ ਨੇ ਤਸਦੀਕ ਕੀਤਾ ਜੀ ਅਤੇ ਬਾਅਦ ਦੇ ਵਿੱਚ ਵਾਰਸਾਂ ਦੇ ਆਉਣ 'ਤੇ ਪੂਰਨ ਸ਼ਨਾਖਤ ਹੋਣ 'ਤੇ ਸਿਵਲ ਹਸਪਤਾਲ 'ਚ ਪਤਾ ਲੱਗਿਆ ਜੀ ਵੀ ਇਹ ਖੰਨਾ ਦੇ ਵਿੱਚ ਆੜਤ ਦੀ ਦੁਕਾਨ ਕਰਦੇ ਸੀਗੇ ਜੀ। ਨਾਂ ਸੀ ਇਹਨਾਂ ਦਾ ਸ਼੍ਰੀ ਗੁਰਲਾਲ, ਸਨ ਆਫ ਲੇਟ ਸ਼੍ਰੀ ਦੌਲਤ ਰਾਮ, ਹਾਊਸ ਨੰਬਰ 142/2 ਖਾਲਸਾ ਸਕੂਲ ਰੋਡ ਖੰਨਾ ਵਜੋਂ ਇਹਨਾਂ ਦੀ ਸ਼ਨਾਖਤ ਹੋ ਗਈ ਸੀ ਭਾਅ ਜੀ। ਅਤੇ ਸ਼ਨਾਖਤ ਦੇ ਦੌਰਾਨ ਜੋ ਵਾਰਸਾਂ ਨੇ ਬਿਆਨ ਦਿੱਤੇ ਨੇ, ਇਹਨਾਂ ਦੇ ਲੜਕੇ ਨੇ ਜੀ, ਇਹ ਜਿਹੜੀ ਆੜਤ ਦੀ ਦੁਕਾਨ ਕਰਦੇ ਸੀਗੇ ਉਹਦੇ ਵਿੱਚੋਂ ਕੁਛ ਸੀਜ਼ਨ ਵਧੀਆ ਲੱਗਣ ਨਾਲ ਜਾਂ ਕੋਈ ਇਹਨਾਂ ਦਾ ਦੋ ਹਿੱਸੇਦਾਰਾਂ ਦਾ ਕਿਸੇ ਕਿਸਮ ਦਾ ਚਲੋ ਕੋਈ ਹੋਏਗਾ ਅੰਦਰੂਨੀ ਮਾਮਲਾ, ਉਹਦੇ ਅਧੀਨ ਇਹਨੇ ਵੀ ਪਰੇਸ਼ਾਨੀ 'ਚ ਆ ਕੇ ਜੀ ਕਿਸੇ ਰੇਲ ਗੱਡੀ ਥੱਲੇ ਆ ਕੇ ਖੁਦਕੁਸ਼ੀ ਕੀਤੀ ਆ ਭਾਅ ਜੀ। ਕੋਈ ਮੌਤ ਸੰਬੰਧੀ ਸ਼ੱਕ ਸ਼ੁਬਾ ਨਹੀਂ, 174 ਦੀ ਕਾਰਵਾਈ ਕਰਕੇ ਵਾਰਸਾਂ ਦੇ ਬਿਆਨ ਹਾਸਲ ਕਰਕੇ ਮੈਂ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਬਿਆਨ ਸਰ ਮ੍ਰਿਤਕ ਦੇ ਦੋ ਲੜਕੇ ਨੇ ਜੀ, ਉਹਨਾਂ ਦੇ ਹੈਗਾ ਵੱਡਾ ਲੜਕਾ ਜੀ ਗੁਰਿੰਦਰ ਸਿੰਘ ਜੋ ਕਿ ਯੈਸ ਬੈਂਕ ਦੇ ਵਿੱਚ ਨੌਕਰੀ ਕਰਦਾ ਅਤੇ ਇੱਕ ਗੁਆਂਢੀ ਦੇ ਬਿਆਨ ਮੈਂ ਕਲਮਬੰਦ ਕੀਤੇ ਨੇ, ਉਹਨਾਂ ਦੀ ਸ਼ਨਾਖਤ ਪਾਈ ਹੈ, ਇੱਕ ਪੰਚਾਇਤਨਾਮਾ ਲਿਖ ਕੇ ਜੋ ਮੇਰੀ 174 ਦੀ ਜ਼ਾਬਤਾ ਅਨੁਸਾਰ ਪੂਰਨ ਕਾਰਵਾਈ ਹੈ ਕਰਕੇ ਲਾਸ਼ ਮੈਂ ਵਾਰਸਾਂ ਦੇ ਹਵਾਲੇ ਕਰ ਦਿੱਤੀ।